ਹੜਾਈ ਨਿਊਜ਼ ਦੇਖ ਰਹੇ तमाम ਦਸ਼ਕਾਂ ਦਾ ਸਵਾਗਤ ਆ ਇੱਕ ਵਾਰ ਫਿਰ ਤੁਹਾਜਨਾ ਤੁਹਾਡੇ ਵਿੱਚ ਲੈ ਕੇ ਇੱਕ ਨਵੀਂ ਪੇਸ਼ਕਾਰੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੈਲਗਰੀ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਵਾਲੇ ਸੰਧੂ ਸਾਹਿਬ ਦੀ ਜੋ ਪੰਜਾਬੀ ਫਲੋਕ ਡਾਂਸ ਸਕੂਲ ਕੈਲਗਰੀ ਦੇ ਵਿੱਚ ਚਲਾ ਰਹੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਇਸ ਸਫ਼ਰ ਦੀ ਸ਼ੁਰੂਆਤ ਉਹਨੇ ਕਿੱਦਾਂ ਕੀਤੀ ਤੇ ਉਹਨਾਂ ਨੂੰ ਇਸ ਲਈ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੰਦੂ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਆ ਥਰਾਈ ਨਿਊਜ਼ ਦੇ ਵਿੱਚ ਥੈਂਕ ਯੂ ਸੋ ਮੱਚ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਇੱਥੇ ਆਪਣਾ ਟਾਈਮ ਕੱਢ ਕੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ ਜੀ ਥੈਂਕ ਯੂ ਸੋ ਮੱਚ ਭਾਈ ਜੀ ਸੰਦੂ ਸਾਹਿਬ ਤੁਸੀਂ ਇਹ ਸਟਾਰਟ ਕੀਤਾ ਜਦੋਂ ਪੰਜਾਬੀ ਸੱਭਿਆਚਾਰਕ ਨੂੰ ਇੱਕ ਵਿਦੇਸ਼ੀ ਧਰਤੀ ਤੇ ਆ ਕੇ ਵੀ ਜੋੜਨਾ ਇੱਕ ਆਪਣੇ ਆਪ ਦੇ ਵਿੱਚ ਚੈਲੰਜ ਆ ਜਦੋਂ ਤੁਸੀਂ ਇਸ ਚੀਜ਼ ਦੀ ਸ਼ੁਰੂਆਤ ਕੀਤੀ ਕਿਹੜੀਆਂ-ਕਿਹੜੀਆਂ ਔਂਕੜਾਂ ਦਾ ਸਾਹਮਣਾ ਆਇਆ ਤੇ ਕਿੱਦਾਂ ਤੁਸੀਂ ਇਸ ਚੀਜ਼ ਨੂੰ ਪੰਜਾਬ ਦੀ ਧਰਤੀ ਤੋਂ ਇੰਨੀ ਦੂਰ ਕੈਨੇਡਾ 'ਚ ਵਸੇ ਕੈਲਗਰੀ ਦੇ ਵਿੱਚ ਵੀ ਇਸ ਚੀਜ਼ ਨੂੰ ਜਿੰਦਾ ਰੱਖਿਆ ਹੋਇਆ ਹੈ ਤੇ ਉਸ ਤੋਂ ਬਾਅਦ ਤੁਸੀਂ ਕੱਲ ਵਿਰਸਾ ਪੰਜਾਬ ਦਾ ਈਵੈਂਟ ਕਰਵਾਉਣ ਜਾ ਰਹੇ ਹੋ ਜਿਹੜੀ ਪੰਜਾਬੀ ਸੱਭਿਆਚਾਰ ਨੂੰ ਜੋੜਨ ਲਈ ਆਪਣੇ ਵਿਰਸੇ ਲਈ ਬੜੀ ਵੱਡੀ ਉਦਾਹਰਣ ਆ। ਅੱਜੇ ਮੁਸ਼ਕਲਾਂ ਦੀ ਗੱਲ ਕਰੀਏ ਤਾਂ ਮੇਨਲੀ ਜਿਹੜੀ ਮੁਸ਼ਕਲ ਮੈਨੂੰ ਤਾਂ ਘੱਟ ਪਰ ਮੈਨੂੰ ਲੱਗਦਾ ਕਿ ਇੱਥੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਜਿਆਦਾ ਉਹਨਾਂ ਲਈ ਬਹੁਤ ਸਟਰਗਲ ਹੈ ਜੇ ਮੈਂ ਇੱਥੋਂ ਦੇ ਜਿਹੜੇ ਮਦਰਸ ਨੇ ਉਹਨਾਂ ਨੇ ਜੌਬ ਵੀ ਕਰਨੀਆਂ ਘਰ ਦਾ ਕੰਮ ਵੀ ਕਰਨਾ ਹੈ ਤੇ ਫਿਰ ਮੈਂ ਅਕਸਰ ਦੇਖਦਾ ਹੁੰਨਾ ਕਿ ਉਹ ਆਪਣੇ ਬੱਚੇ ਨੂੰ ਅੰਦਰ ਕਲਾਸਿਸ ਵਾਸਤੇ ਛੱਡ ਕੇ ਉਹ ਬਾਹਰ ਵੇਟ ਕਰਦੇ ਨੇ ਕਿ ਸਾਡੇ ਬੱਚੇ ਦੀ ਕਲਾਸ ਚੱਲ ਰਹੀ ਹੈ ਜਦੋਂ ਓਵਰ ਹੋਏਗੀ ਤੇ ਅਸੀਂ ਲੈ ਕੇ ਜਾਵਾਂਗੇ ਸੋ ਜੌਬਸ ਕਰਨੀਆਂ ਬੱਚਿਆਂ ਨੂੰ ਲੈ ਕੇ ਆਉਣਾ ਘਰ ਦਾ ਸਾਰਾ ਮੈਨੇਜ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਜਿਹੜੇ ਪੇਰੈਂਟਸ ਨੇ ਉਹਨਾਂ ਲਈ ਇੱਕ ਸ਼ਾਬਾਸ਼ੀ ਹੈ ਮੇਰੇ ਵੱਲੋਂ ਮੈਂ ਉਹਨਾਂ ਦਾ ਬਹੁਤ ਰਿਕਰ ਇਸ ਗੱਲ ਕਰਕੇ ਉਹ ਸਾਰਾ ਮੈਨੇਜ ਕਰਕੇ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਨੇ ਸੋ ਜਿਹੜੀ ਸਾਨੂੰ ਇੱਥੇ ਹੋਰ ਪ੍ਰੋਬਲਮ ਆਉਂਦੀ ਆ ਮੇਨ ਟੀਮਸ ਨੂੰ ਤਿਆਰ ਕਰਨ ਲੱਗੇ ਆ ਉਹ ਹੀ ਹੁੰਦੀ ਕਿ ਜਦੋਂ ਇੰਡੀਆ ਟੀਮ ਦੀ ਤਿਆਰੀ ਕਰਾਈ ਦੀ ਸੀ ਕਿ ਉਦੋਂ ਭਾਜੀ ਅਸੀਂ ਇੱਕ ਦਿਨ ਦੇ ਵਿੱਚ ਮੈਨੂੰ ਲੱਗਦਾ ਕਿ 6 ਜਾਂ 7 ਘੰਟੇ ਪ੍ਰੈਕਟਿਸ ਕਰਦੀ ਸੀ ਇੱਕ ਟੀਮ ਤੇ ਉਹ ਡੇਲੀ ਪ੍ਰੈਕਟਿਸ ਕਰਦੀ ਸੀ ਤਿੰਨ ਤਿੰਨ ਮਹੀਨੇ ਦੀ ਪ੍ਰੈਕਟਿਸ ਹੁੰਦੀ ਸੀ ਇਥੇ ਇੱਕ ਵੀਕ ਦੇ ਵਿੱਚ ਤੁਹਾਨੂੰ ਸਿਰਫ 2 ਘੰਟੇ ਮਿਲਦੇ ਆ ਜਿਹਦੇ ਵਿੱਚ ਬੱਚਿਆਂ ਨੂੰ ਤੁਸੀਂ ਜਿੰਨਾ ਸਿਖਾ ਸਕਦੇ ਆ ਸਿਖਾਉਣਾ ਹੁਣ ਜਿਹੜਾ ਆਪਣਾ ਵੀ ਫੰਕਸ਼ਨ ਤੁਸੀਂ ਜ਼ਿਕਰ ਕਰ ਰਹੇ ਸੀਗੇ ਕੱਲ ਹੀ ਆਪਾਂ ਕਰਨ ਕਰਨ ਵਾਸਤੇ ਜਾ ਰਹੇ ਆ ਫਰਸਟ ਵਿਰਸਾ ਜਿਹੜਾ ਆਪਣਾ ਹੋ ਰਿਹਾ ਉਹਦੇ ਵਿੱਚ ਅਸੀਂ ਲਾਈਵ ਟੀਮਾਂ ਜਿਹੜੀਆਂ ਨੇ ਕਰ ਰਹੇ ਆ ਮਿਊਜ਼ਿਕ ਉੱਪਰ ਵੀ ਕਰ ਰਹੇ ਆ ਸੋ ਉਹਨਾਂ ਟੀਮਸ ਨੂੰ ਕਰਨ ਵਾਸਤੇ ਵੀਕ 'ਚ ਸਿਰਫ 2 ਘੰਟੇ ਹੀ ਹੁੰਦੇ ਸੀਗੇ ਸੋ ਫਿਰ ਵੀ ਕੋਸ਼ਿਸ਼ ਕੀਤੀ ਆ ਕਿ ਉਸ ਥੋੜੇ ਜਿਹਾ ਟਾਈਮ ਦੇ ਵਿੱਚ ਜੋ origignal ਫੋਕ ਜੋ ਪੰਜਾਬ ਦੇ ਯੂਥ ਫੈਸਟੀਵਲ ਦੇ ਵਿੱਚ origignal ਤਰੀਕੇ ਦੇ ਨਾਲ ਨੱਚਿਆ ਜਾਂਦਾ ਹੈ ਉਹਨੂੰ ਅਸੀਂ ਕੈਲੋ ਤੇ ਫੰਕਸ਼ਨ ਤੇ ਪੇਸ਼ ਕਰਾਂਗੇ ਆਪਣੇ ਆਪ ਦੇ ਵਿੱਚ ਪਹਿਲਾ ਪ੍ਰੋਗਰਾਮ ਹੋਵੇਗਾ ਮੇਰੇ ਹਿਸਾਬ ਨਾਲ ਇਹਦਾ ਕੰਪੀਟੀਸ਼ਨ ਫੋਕਸ ਟਾਸ ਕੰਪੀਟੀਸ਼ਨ ਕਰਵਾਉਣਾ ਵਿਦੇਸ਼ੀ ਧਰਤੀ ਤੇ ਤੇ ਇਹ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਮਿਊਨਿਟੀ ਨੂੰ ਤੇ ਕੀ ਅਪੀਲ ਕਰਨਾ ਚਾਹੂਗੇ ਜਿਹੜੇ ਯੰਗਸਟਰ ਇੱਥੇ ਪੈਦਾ ਹੋਏ ਨੇ ਜਿਹੜੇ ਆਪਣੇ ਵਿਰਸੇ ਤੋਂ ਬਹੁਤ ਦੂਰ ਹੋ ਰਹੇ ਨੇ ਜਿਨ੍ਹਾਂ ਨੂੰ ਆਪਣੇ ਪੰਜਾਬੀ ਵਿਰਸੇ ਬਾਰੇ ਨਹੀਂ ਪਤਾ ਪੀਅਰੈਂਸ ਬਿਜ਼ੀ ਰਹਿੰਦੇ ਨੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਇੱਥੇ ਦੀ ਲਾਈਫ ਪੰਜਾਬ ਨਾਲੋਂ ਬਿਲਕੁਲ ਡਿਫਰੈਂਟ ਆ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਕੋਸ਼ਿਸ਼ ਜ਼ਿਆਦਾਤਰ ਇਹ ਕੀਤੀ ਆ ਕਿ ਅਕਸਰ ਮੈਂ ਬੱਚਿਆਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਪੰਜਾਬੀ ਵਿੱਚ ਹੀ ਗੱਲ ਕਰੋ ਕਲਾਸ ਦੇ ਵਿੱਚ ਤੇ ਪਿਛਲਾ ਕਾਫੀ ਸਮਾਂ ਇੱਕ ਵੀਕ ਦੇ ਵਿੱਚ ਇੱਕ ਵਾਰੀਆਂ ਵਿਥਿਨ 2 ਵੀਕ ਇੱਕ ਵਾਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਜਿਵੇਂ ਇੰਡੀਆ ਚ ਪ੍ਰੈਕਟਿਸ ਕਰਨ ਤੋਂ ਪਹਿਲਾਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਪੰਜ ਜਕਾਰੇ ਲਗਾ ਕੇ ਉਸ ਤੋਂ ਬਾਅਦ ਫਿਰ ਅਸੀਂ ਪ੍ਰੈਕਟਿਸ ਸ਼ੁਰੂ ਕਰਦੇ ਸੀ ਇੱਥੇ ਟਾਈਮ ਘੱਟ ਹੋਣ ਕਰਕੇ ਮੈਂ ਬੱਚਿਆਂ ਨੂੰ ਅਕਸਰ ਇਹ ਕੋਸ਼ਿਸ਼ ਕਰਦਾ ਹੁੰਨਾ ਬਾਕੀ ਨੂੰ ਵੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਕਰਕੇ ਤੇ ਉਸ ਤੋਂ ਬਾਅਦ ਮੈਂ ਕਲਾਸ ਜਿਵੇਂ ਜਿਹੜੀ ਕੋਸ਼ਿਸ਼ ਕਰਦਾ ਕਿ ਸ਼ੁਰੂ ਹੋ ਜਵੇ ਉਹਦੇ ਨਾਲ ਬੱਚੇ ਪੰਜਾਬੀ ਵੀ ਸਿੱਖਦੇ ਆ ਡਾਂਸ ਵੀ ਸਿੱਖਦੇ ਆ ਪੰਜਾਬੀ ਗਾਣੇ ਜਿਹੜੇ ਆ ਇੱਕ ਛੋਟੀ ਜੀ ਮੈਂ ਐਗਜ਼ਾਮਪਲ ਕਿ ਮੈਂ ਬੱਚਿਆਂ ਦਾ ਜਿਹੜਾ ਉਹ ਇੱਥੇ ਮੇਰੇ ਵਾਈਫ ਵੀ ਕਿੱਦਾਂ ਕਰਾਉਂਦੇ ਨੇ ਉਹਨਾਂ ਨੇ ਜਦੋਂ ਤਿਆਰ ਕਰਾਇਆ ਤੇ ਉਹ ਮੈਨੂੰ ਕਹਿੰਦੇ ਕਿ ਮੈਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਬੱਚਿਆਂ ਕੋਲੋਂ ਬੋਲੇ ਨਹੀਂ ਜਾਂਦੇ ਲਫ਼ਜ਼ ਉਹ ਜਦੋਂ ਉਹਨਾਂ ਨੂੰ ਬੋਲੀ ਸਿਖਾਈਦੀ ਆ ਉਹ ਬੋਲ ਨਹੀਂ ਪਾਉਂਦੇ ਸੋ ਮੈਂ ਕਿਹਾ ਵੀ ਚਲੋ ਇਟਸ ਓਕੇ ਆਪਾਂ ਕੀ ਕਰਦੇ ਆ ਆਪਾਂ ਇਹਨਾਂ ਨੂੰ ਰਿਕਾਰਡਿੰਗ ਦੇ ਉੱਤੇ ਕਰਵਾ ਦਿੰਨੇ ਆ ਉਹ ਬੱਚਿਆਂ ਨੂੰ 2 ਕੁ ਮਹੀਨੇ ਹੋ ਕੇ ਪ੍ਰੈਕਟਿਸ ਕਰਦੇ ਆ ਇੱਕ ਦਿਨ ਆ ਟਰੈਕ ਪਲੇ ਨਹੀਂ ਕੀਤਾ ਉਹਨਾਂ ਨੂੰ ਕਿਹਾ ਕਿ ਤੁਸੀਂ ਉਂਝ ਹੀ ਆਪਣੀ ਬੋਲੀਆਂ ਦੇ ਪੈ ਜਦੋਂ ਉਹਨਾਂ ਨੇ ਆਪ ਬੋਲੀਆਂ ਉਹਨਾਂ ਨੂੰ ਹੁਣ ਆਉਣ ਲੱਗ ਪਈਆਂ ਜਦੋਂ ਆਪ ਬੋਲੀਆਂ ਉਹਨਾਂ ਨੇ ਕੀਤੀਆਂ ਤੇ ਉਸ ਤੋਂ ਬਾਅਦ ਉਹ ਕ ਉਸਤਾਦ ਜੀ ਹੁਣ ਪਲੀਸ ਸਾਨੂੰ ਲਾਈਵ ਕੀਤਾ ਕਰਾਓ ਲਾਈਵ ਮਤਲਬ ਕਿ ਖੁਦ ਬੋਲੀਆਂ ਪਾ ਕੇ ਫਿਰ ਪਰਫਾਰਮ ਕਰਨਾ ਸੋ ਥੋੜੀ ਜੀ ਸਟਰਗਲ ਕਰਨੀ ਪੈਂਦੀ ਆ ਬੱਚਿਆਂ ਨੂੰ ਸਿਖਾਉਣ ਵਾਸਤੇ ਪਰ ਬੱਚੇ ਬਹੁਤ ਜਲਦੀ ਸਿੱਖਦੇ ਆ ਤੇ ਮੈਂ ਐਂਡ ਵਿੱਚ ਤੁਹਾਨੂੰ ਇਹੀ ਪੁੱਛਾਂਗਾ ਕੱਲ ਦੇ ਈਵੈਂਟ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਥਰਡ ਆਈ ਨਿਊਜ਼ ਜਿਹੜੇ ਵੀ ਲੋਕ ਕੈਲਗਰੀ ਦੇ ਵਿੱਚ ਕੈਨੇਡਾ ਵਿੱਚ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੱਲ ਆਪਣਾ ਫੰਕਸ਼ਨ ਜਿਹੜਾ ਜੀ ਉਹ ਪੂਰੇ ਸ਼ਾਰਪ 2:30 ਵਜੇ ਸਟਾਰਟ ਹੋਏਗਾ ਮੈਂ ਦੱਸਣਾ ਚਾਹੁੰਦਾ ਇੱਥੇ ਕਿ ਐਜ਼ ਅ ਆਰਗੇਨਾਈਜ਼ਰ ਮੇਰਾ ਇਹ ਪਹਿਲਾ ਫੰਕਸ਼ਨ ਹੈ ਨੋ ਡਾਊਟ ਇੰਡੀਆ ਵਿੱਚ ਮੈਂ ਕੰਪੀਟੀਸ਼ਨਸ ਤੇ ਜਾਂਦਾ ਰਿਹਾ ਉੱਥੇ ਮੁਕਾਬਲੇ ਹੁੰਦੇ ਰਹੇ ਨੇ ਉਸ ਟਾਈਮ ਦੇ ਉੱਤੇ ਨੈਸ਼ਨਲ ਲੈਵਲ ਤੇ ਜੋਨਲ ਇੰਟਰਵਰਸਟੀ ਨੈਸ਼ਨਲ ਸਾਊਥ ਵੈਸ ਸਾਰੀਆਂ ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਪ੍ਰਾਈਜ਼ ਵੀ ਜਿੱਤੇ ਨੇ ਪਰ ਇੱਥੇ ਐਜ਼ ਅ ਆਰਗੇਨਾਈਜ਼ਰ ਇਹ ਸਾਡਾ ਪਹਿਲਾ ਫੰਕਸ਼ਨ ਹੈ ਤੇ ਤੁਸੀਂ ਸਾਰਿਆਂ ਦਾ ਵੈਸੇ ਆਪਣਾ ਸ਼ੋ 4-5 ਦਿਨ ਹੋ ਗਏ ਨੇ ਜੀ ਸੋਲਡ ਆਊਟ ਹੋ ਚੁੱਕਿਆ ਮੈਂ ਉਹਨਾਂ ਕੋਲੋਂ ਮਾਫੀ ਚਾਹੁੰਦਾ ਵਾਂ ਜਿਨ੍ਹਾਂ ਨੇ ਮੇਰੇ ਕੋਲ ਟਿਕਟਸ ਮੰਗੀਆਂ ਤੇ ਮੈਂ ਪ੍ਰੋਵਾਈਡ ਨਹੀਂ ਕਰ ਸਕਿਆ ਕਿਉਂਕ ਜੋਸ ਹੋਲਡ ਆਊਟ ਹੋ ਗਿਆ ਸੀਗਾ ਕਾਫੀ ਮੇਰੇ ਗੈਸਟ ਜਿਹੜੇ ਉਹ ਆ ਰਹੇ ਨੇ ਉਹਨਾਂ ਨੇ ਆਣ ਕੇ ਉੱਥੇ ਸਾਡਾ ਸਾਥ ਦੇਣਾ ਮੈਂ ਐਡਮੰਟਨ ਤੋਂ ਟੋਰਾਂਟੋ ਤੋਂ ਬੈਂਕਓਵਰ ਤੋਂ ਵੀ ਆ ਰਹੇ ਨੇ ਸਾਰੇ ਤੁਸਾਂ ਕਿੰਨੀਆਂ ਟੀਮਾਂ ਭਾਗ ਲੈ ਰਹੀਆਂ ਕਿੰਨੇ ਕ ਕੈਨੇਡਾ ਦੇ ਵਿੱਚ ਬੜਾ ਵੱਡਾ ਉਪਰਾਲਾ ਡਿਵੈਲਪ ਕੀਤਾ ਜਾ ਰਿਹਾ ਹੈ ਕਿੰਨੀਆਂ ਟੀਮਾਂ ਆਣ ਗਈਆਂ ਦੱਸਕਾ ਨੂੰ ਦੱਸੋ ਟੋਟਲ ਬਾਈਟ ਮਾਨੇ ਜਿਹੜੀਆਂ ਕੱਲ ਉੱਥੇ ਪਰਫਾਰਮ ਕਰਨਗੀਆਂ ਜਿਹਦੇ ਵਿੱਚੋਂ 15 ਦੇ ਕਰੀਬ 뮤직 ਉੱਪਰ ਤੇ ਬਾਕੀ ਲਾਈਵ ਲਾਈਵ ਦੀ ਜੇ ਗੱਲ ਕਰਾਂ ਤਾਂ ਜਿਹੜਾ ਕਿ ਢੋਲ ਦੇ ਉੱਪਰ ਜਾਂ ਢੋਲਕੇ ਦੇ ਉੱਪਰ ਲਾਈਵ ਟੀਮ ਕਰਦੀਆਂ ਨੇ ਜਿਹਦੇ ਵਿੱਚ ਝੂਮਰ ਆ ਡੰਡਾਸ ਆ ਫੋਕਰਕਾਸਟਾ ਆ ਲੁੱਡੀ ਆ ਗਿੱਧਾ ਆ ਤਮਾੜਿਆ ਇਹ ਸਾਰੇ ਜਿਹੜੇ ਨਾਚ ਨੇ ਲਾਈਵ ਕੀਤੇ ਜਾਣਗੇ ਬਾਕੀ ਜਿਹੜੀਆਂ ਟੀਮਸ ਨੇ 뮤직 ਉੱਪਰ ਪਰਫਾਰਮ ਕਰਨਗੀਆਂ ਥਰਡ ਆਈ ਨਿਊਜ਼ ਦੇਖਣ ਵਾਲਿਆਂ ਨੂੰ ਮੈਂ ਕਹਾਂਗਾ ਕਿ ਜਿਹੜੇ ਲੋਕ ਪੰਜਾਬੀ ਸੱਭਿਆਚਾਰ ਨੂੰ ਦੇਖਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਤਾਂ ਤੁਸੀਂ بڑے ਫੈਸਟੀਵਲ ਦੇਖੇ ਹੋਣਗੇ ਪਰ ਕੈਨੇਡਾ ਦੇ ਕੈਲਗਰੀ ਦੇ ਵਿੱਚ ਕੈਲਗਰੀ ਵਾਸੀਆਂ ਦੇ ਲਈ ਇਹ ਬੜਾ ਵੱਡਾ ਤੋਹਫਾ ਆ ਤੇ ਆਪਣੇ ਬੱਚਿਆਂ ਨੂੰ ਜੋੜੋ ਜਿਹੜੇ ਲੋਕ ਹੁਣ ਇਸ ਸ਼ੋਅ ਦਾ ਹਿੱਸਾ ਨਹੀਂ ਬਣ ਸਕਦੇ ਅਸੀਂ ਅਪੀਲ ਕਰਦੇ ਹਾਂ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਦੇ ਨਾਲ ਜੁੜੋ ਤੇ ਇਹਨਾਂ ਨੂੰ ਦੇਖੋ ਦੇਖੋ ਪੰਜਾਬੀ ਵਿਰਸਾ ਕਿੱਦਾਂ ਕੈਨੇਡਾ ਵਿੱਚ ਧਮਾਲ ਪਾ ਰਿਹਾ ਆ 39 ਨਿਊਜ਼ ਦੇਖਣ ਵਾਲਿਆਂ ਲਈ ਇਹ ਸਪੈਸ਼ਲ ਰਿਪੋਰਟ